ਕੋਟਕਪੁਰਾ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਕੈਨੇਡਾ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਨੌਜਵਾਨ ਪੜ੍ਹਾਈ ਕਰਨ ਦੇ ਲਈ ਕੈਨੇਡਾ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ 27 ਜੁਲਾਈ ਨੂੰ ਉਸਦੀ ਮੌਤ ਹੋਈ, ਪਰ ਪਰਿਵਾਰ ਨੂੰ ਇਸਦੀ ਜਾਣਕਾਰੀ 15 ਅਗਸਤ ਨੂੰ ਮਿਲੀ ਹੈ। ਕੈਨੇਡਾ ਪੁਲਿਸ ਦੇ ਮੁਤਾਬਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦ ਨੂੰ ਖਤਮ ਕੀਤਾ। ਨੌਜਵਾਨ ਦੀ ਆਖਰੀ ਵਾਰ 26 ਜੁਲਾਈ ਨੂੰ ਘਰਦਿਆਂ ਨਾਲ ਗੱਲ ਹੋਈ ਸੀ। ਇਸ ਤੋਂ ਬਾਅਦ ਤੋਂ ਮ੍ਰਿਤਕ ਦਾ ਫੋਨ ਬੰਦ ਹੋ ਗਿਆ। ਦੋਸਤਾਂ ਤੋਂ ਪੁੱਛੇ ਜਾਣ ਤੋਂ ਵੀ ਜਦੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਹੁਣ ਪਰਿਵਾਰ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਹਨਾਂ ਦੇ ਮ੍ਰਿਤਕ ਬੇਟੇ ਦੀ ਦੇਹ ਭਾਰਤ ਵਾਪਸ ਲਿਆਈ ਜਾ ਸਕੇ। ਸ਼ੈਟਰਲ ਵੈਲੀ ਕੈਲੀਫੋਰਨੀਆ ਉਪਜਾਊ ਧਰਤੀ ਅਤੇ ਚੰਗਾ ਵਾਤਾਵਰਨ ਹੋਣ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਅਮਰੀਕਾ ਵਿੱਚ ਸਭ ਤੋਂ ਅੱਗੇ ਹੈ। ਇੱਥੋਂ ਹੀ ਬਹੁਤ ਸਾਰੇ ਫਲ, ਸਬਜ਼ੀਆਂ ਅਤੇ ਫਰੂਟ ਸਾਰੇ ਅਮਰੀਕਾ ਅੰਦਰ ਭੇਜੇ ਜਾਂਦੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਵੱਲੋਂ ਕੈਲੀਫੋਰਨੀਆ ਵਿੱਚ ਟਮਾਟਰਾਂ ਦੀ ਹਾਰਵੈਸਟਿੰਗ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਪਿਛਲੇ 2 ਸਾਲਾਂ ਤੋਂ ਅਮਰੀਕਾ ਵਿੱਚ ਕਿਸਾਨਾਂ ਲਈ ਪਾਣੀ ਦੀ ਬਹੁਤੀ ਵਰਤੋਂ 'ਤੇ ਲੱਗੀ ਸਰਕਾਰੀ ਰੋਕ ਹਟ ਗਈ ਹੈ। ਇਸ ਦੇ ਕਾਰਨ ਖੇਤੀਬਾੜੀ ਦਾ ਰਕਬਾ ਵੀ ਪਹਿਲਾਂ ਵਾਂਗ ਵੱਧ ਗਿਆ ਹੈ। ਇਸ ਸਾਲ ਵੱਧ ਪਾਣੀ ਨਾਲ ਹੋਣ ਵਾਲੀ ਟਮਾਟਰਾਂ ਦੀ ਫਸਲ ਬਹੁਤ ਵਧੀਆ ਅਤੇ ਵਧੇਰੇ ਝਾੜ ਵਾਲੀ ਹੋਈ ਹੈ, ਜਿਸ ਤੋਂ ਉਤਪਾਦਕ ਅਤੇ ਵਪਾਰੀ ਬਹੁਤ ਖੁਸ਼ ਨੇ। ਪਰ ਪਿਛਲੇ ਕੁਝ ਸਾਲਾਂ ਤੋਂ ਆਧੁਨਿਕ ਮਸ਼ੀਨਾਂ ਦੇ ਆ ਜਾਣ ਦੇ ਨਾਲ ਕਾਮਿਆਂ ਨੂੰ ਕਾਫੀ ਨਿਰਾਸ਼ਤਾ ਹੋਈ ਹੈ। ਅਜਿਹਾ ਕਰਦੇ ਹੋਏ ਬੇਰੁਜ਼ਗਾਰੀ ਦਾ ਕਾਫੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਸਮੇਂ ਵਿੱਚ ਇੱਕ ਮਸ਼ੀਨ ਨੂੰ ਚਲਾਉਣ ਵਿੱਚ 20 ਤੋਂ 25 ਆਦਮੀ ਕੰਮ ਕਰਦੇ ਸਨ, ਪਰ ਹੁਣ ਮਸ਼ੀਨ ਕੰਪਿਊਟਰਾਈਜ਼ਡ ਹੋਣ ਦੇ ਕਰਕੇ ਇੱਕ ਹੀ ਡਰਾਈਵਰ ਚਲਾ ਰਿਹਾ ਹੈ। ਇਸ ਤੋਂ ਇਲਾਵਾ ਮਸ਼ੀਨ ਦੇ ਸਿਸਟਮ ਦੀ ਨਿਗਰਾਨੀ ਲਈ ਇੱਕ ਮਦਦਗਾਰ ਹੋਰ ਹੁੰਦਾ ਹੈ। ਚੰਗੇ ਅਤੇ ਮਾੜੇ ਟਮਾਟਰਾਂ ਦੀ ਛਟਾਈ ਮਸ਼ੀਨ ਆਪ ਕਰਕੇ ਮਾੜੇ ਅਤੇ ਕੱਚੇ ਟਮਾਟਰ ਆਪ ਹੀ ਬਾਹਰ ਸੁੱਟ ਦਿੰਦੀ ਹੈ। ਇਸ ਤੋਂ ਪਹਿਲਾਂ ਇਹ ਸਾਰਾ ਕੰਮ ਕਾਮਿਆਂ ਦੁਆਰਾ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਟਮਾਟਰਾਂ ਨੂੰ ਬਾਹਰ ਪ੍ਰੋਸੈਸਿੰਗ, ਟਮਾਟਰਾਂ ਦੀ ਪੈਕਿੰਗ ਅਤੇ ਹੋਰ ਕੈਚਅਪ ਆਦਿ ਬਣਾਉਣ ਦੇ ਲਈ ਕੰਪਨੀਆਂ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੋਂ ਤਰ੍ਹਾਂ ਤਰ੍ਹਾਂ ਦੇ ਸਲਾਦ, ਕੈਚਅਪ, ਪੇਸਟ ਜਾਂ ਹੋਰ ਬਣਨ ਵਾਲੇ ਪਦਾਰਥਾਂ ਵਿੱਚ ਇਹ ਟਮਾਟਰ ਆਪਣਾ ਸਵਾਦ ਹਰ ਘਰ ਦੀ ਰਸੋਈ ਦਾ ਸਵਾਦ ਬਣਾ ਦਿੰਦੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਟਮਾਟਰਾਂ ਦੀ ਖੇਤੀ ਕਰਵਾ ਰਹੇ ਖੇਤ ਦੇ ਸੁਪਰਵਾਈਜ਼ਰ ਅਵਤਾਰ ਸਿੰਘ ਗਰੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਸਮ ਚੰਗਾ ਹੋਣ ਦੇ ਕਰਕੇ ਟਮਾਟਰਾਂ ਦੀ ਕਾਸ਼ਤ ਬਹੁਤ ਵਧੀਆ ਹੋਈ ਹੈ, ਪਰ ਇੱਥੇ ਇਹ ਗੱਲ ਵਰਣਨਯੋਗ ਹੈ ਕਿ ਆਧੁਨਿਕਤਾ ਅਤੇ ਮਸ਼ੀਨੀਕਰਨ ਦੇ ਨਾਲ ਜਿੱਥੇ ਫਸਲਾਂ ਦਾ ਉਤਪਾਦਨ ਵਧੀਆ ਅਤੇ ਘੱਟ ਕਾਮਿਆਂ ਦੀ ਲੋੜ ਪੈਂਦੀ ਹੈ, ਉੱਥੇ ਹੀ ਘੱਟ ਪੜ੍ਹੇ ਲਿਖੇ ਅਤੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਵਿੱਚ ਦਿਨੋ ਦਿਨ ਕੰਮ ਘਟਣ ਕਰਕੇ ਨਿਰਾਸ਼ਤਾ ਵੀ ਵੱਧ ਰਹੀ ਹੈ। ਅੱਜ ਵੀ ਅਮਰੀਕਾ ਦੇ ਅੰਦਰ ਬਹੁ ਗਿਣਤੀ ਲੋਕ ਖੇਤਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ, ਜਦਕਿ ਹੋਰ ਬਹੁਤ ਸਾਰੀ ਫੂਡ ਇੰਡਸਟਰੀ ਵੀ ਖੇਤੀਬਾੜੀ 'ਤੇ ਹੀ ਨਿਰਭਰ ਕਰਦੀ ਹੈ। ਹਾਂਜੀ ਬਾਈ ਜੀ, ਟਮਾਟੋ ਆ ਜਿਹੜੇ ਇਹ ਆਪਾਂ ਅੱਜ ਫਿਨਿਸ਼ ਹੋ ਜਾਣੇ ਆ, 300 ਏਕੜ ਬੀਜਿਆ ਸੀ ਆਪਾਂ ਅਤੇ ਟਮਾਟੇ ਬਹੁਤ ਨਿਕਲਦੇ ਆ। ਟਮਾਟੇ ਦੀ ਫਸਲ ਆ, ਦੇਖੋ ਤੁਹਾਡੇ ਸਾਹਮਣੇ ਮਸ਼ੀਨ ਪਿੱਕ ਕਰੀ ਜਾਂਦੀ ਆ ਟਮੈਟੋ, ਅਤੇ ਇਹ ਆਪਣੇ ਇਹਦੇ ਵਿੱਚੋਂ 70 ਟਨ ਨਿਕਲਿਆ ਜੀ, ਰਿਕਾਰਡ ਤੋੜਤਾ 5 ਸਾਲ ਕੰਪਨੀ ਦੇ ਵਿੱਚ, ਅਤੇ ਬਸ ਬਹੁਤ ਵਧੀਆ ਟਮੈਟੋ ਹੈ ਜੀ, ਬਹੁਤ ਮੈਨੂੰ ਕੈਚਅਪ ਬਣਦਾ ਇਹਨਾਂ ਦਾ। ਅਸੀਂ ਆਪਣੇ ਕੇ ਆ ਸਿੱਧਾ ਕੰਟਰੈਕਟ ਕੀਤਾ ਹੋਇਆ ਕੰਪਨੀ ਦੇ ਨਾਲ, ਅਤੇ ਉਹਨਾਂ ਦਾ ਪਹਿਲਾਂ ਉਹ ਭਾਅ ਇਕੱਠਾ ਹੀ ਬੰਨ ਲੈਂਦੇ ਆ ਇੱਕ ਵਾਰੀ, ਮੁੜ ਕੇ ਆਪਣਾ ਮੰਡੀਆਂ ਲਿਜਾਣ ਦਾ ਕੋਈ ਫਾਇਦਾ ਨਹੀਂ, ਆਪ ਹੀ ਜਾ ਕੇ ਬੀਜਦੇ ਆ ਇਹ ਅਤੇ ਆਪ ਹੀ ਆ ਕੇ ਪਿੱਕ ਕਰਦੇ ਆ ਉਹਦੀਆਂ ਮਸ਼ੀਨਾਂ ਦੇ ਨਾਲ। ਮੋਰਨਿੰਗ ਸਟਾਰ ਕੰਪਨੀ ਆ ਇਹ, ਕਿ ਬਹੁਤ ਵਧੀਆ ਇਹ ਕੰਪਨੀ ਆ, ਜੋ ਕਿ ਆਪ ਹੀ ਸਾਨੂੰ ਕੋਈ ਨਾ ਪਿੱਕ ਕਰਨ ਦੀ ਲੋੜ ਹੈ ਨਾ ਸਾਨੂੰ ਬੀਜਣ ਦੀ, ਬਸ ਇਹਨਾਂ ਨੂੰ ਪਾਣੀ ਲਵਾ ਦੇਈਦਾ, ਵਿੱਚ ਖਾਦ ਪਾ ਦੇਈਦੀ ਆ, ਬਸ ਟਮਾਟਿਆਂ ਦੀ ਜਿਹੜੀ ਫਸਲ ਆ ਅਸੀਂ ਬਹੁਤ ਵਧੀਆ ਉਗਾਉਂਦੇ ਹਾਂ ਇੱਥੇ। ਫ੍ਰਿਜਨੋ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਲਈ ਕੁਲਵੰਤ ਉਬੀ ਤਾਲੀਆ ਦੀ ਰਿਪੋਰਟ।